ਸਪਤ੍ਰਿਸ਼ੀ ਪਬਲੀਕੇਸ਼ਨ ਚੰਡੀਗੜ੍ਹ ਦਾ ਯੂਟਿਊਬ ਚੈਨਲ ਦੇਖ ਰਹੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ। ਪਿਆਰੇ ਪਾਠਕੋ, ਅੱਜ ਆਪਾਂ ਗਲਪਕਾਰ ਗੁਰਵਚਨ ਸਿੰਘ ਭੁੱਲਰ ਦੀ ਪੁਸਤਕ ਕੱਚੇ ਦੁੱਧ ਵਰਗੇ ਲੋਕ ਚੋਂ ਇੱਕ ਵਿਅਕਤੀ ਚਿੱਤਰ ਸੁਣਦੇ ਹਾਂ, ਜਿਸ ਦਾ ਸਿਰਲੇਖ ਹੈ ਠਹਿਰੋਏ ਜਵਾਨਾਂ ਪੈਦਲ ਨਾ ਜਾ ਗੁਲਾਬੂ ਸੇਠ ਮੰਡੀ ਕਲਾਂ। ਅੱਜ ਦਾ ਰਾਮਪੁਰਾ ਫੂਲ ਉਹਨਾਂ ਮੰਡੀਆਂ ਵਿੱਚੋਂ ਹੈ ਜੋ ਰਿਆਸਤੀ ਰਾਜਿਆਂ ਦੇ ਵਪਾਰਕ ਕੇਂਦਰਾਂ ਦੀ ਲੋੜ ਮਹਿਸੂਸ ਕਰਦਿਆਂ ਬਹੁਤ ਪਹਿਲਾਂ ਕਾਇਮ ਕੀਤੀਆਂ ਸਨ। ਅੱਜ ਦਾ ਸ਼ਬਦ ਮੈਂ ਇਸ ਵਾਸਤੇ ਵਰਤ ਰਿਹਾ ਹਾਂ ਕਿਉਂਕਿ ਮੇਰੇ ਬਚਪਨ ਵਿੱਚ ਸਿਰਫ ਰੇਲਵੇ ਸਟੇਸ਼ਨ ਦਾ ਨਾਂ ਰਾਮਪੁਰਾ ਫੂਲ ਸੀ, ਸਟੇਸ਼ਨ ਦੇ ਦੁਆਲੇ ਦੀ ਆਬਾਦੀ ਨਹੀਂ। ਇਸ ਸ਼ਹਿਰ ਦਾ ਭੂਗੋਲ ਅਤੇ ਇਸ ਦੇ ਨਾਂ ਦਾ ਇਤਿਹਾਸ ਜਾਣਨਾ ਦਿਲਚਸਪ ਹੋਵੇਗਾ। ਪਾਠਕਾਂ ਨੂੰ ਉਸ ਤੋਂ ਇਹ ਵੀ ਪਤਾ ਲੱਗੇਗਾ ਕਿ ਰਿਆਸਤਾਂ ਕਿਵੇਂ ਇੱਕ ਦੂਜੇ ਵਿੱਚ ਗੁੰਦ। ਰਾਮਪੁਰਾ ਫੂਲ ਸ਼ਹਿਰ ਦੇ ਵਿਚਕਾਰੋਂ ਰੇਲ ਦੀ ਲੀਹ ਲੰਘਦੀ ਹੈ। ਸ਼ਹਿਰ ਵਿਚਲੀ ਇਹ ਲੀਹ ਨਾਭਾ ਅਤੇ ਪਟਿਆਲਾ ਰਿਆਸਤਾਂ ਵਿਚਕਾਰ ਸਰਹੱਦ ਦਾ ਕੰਮ ਦਿੰਦੀ ਸੀ। ਇਸ ਲੀਹ ਤੋਂ ਚੜ੍ਹਦੇ ਵੱਲ ਦੇ ਹਿੱਸੇ ਨੂੰ ਲੋਕ ਪਟਿਆਲਾ ਮੰਡੀ ਆਖਦੇ ਸਨ ਕਿਉਂਕਿ ਉਹ ਪਟਿਆਲਾ ਰਿਆਸਤ ਵਿੱਚ ਸੀ। ਛਿਪਦੇ ਵੱਲ ਦਾ ਹਿੱਸਾ ਨਾਭਾ ਰਿਆਸਤ ਵਿੱਚ ਹੋਣ ਸਦਕਾ ਨਾਭਾ ਮੰਡੀ ਕਿਹਾ ਜਾਂਦਾ ਸੀ। ਨਾਭਾ ਮੰਡੀ ਕਾਗਜ਼ਾਂ ਵਿੱਚ ਮੰਡੀ ਫੂਲ ਸੀ। ਇਹ ਉਸ ਪਾਸੇ 3 ਕੁ ਵਾਟ ਪ੍ਰਸਿੱਧ ਪਿੰਡ ਫੂਲ ਹੋਣ ਕਰਕੇ ਸੀ। ਸਰਕਾਰੀ ਹਾਈ ਸਕੂਲ ਵੀ ਇਸੇ ਪਿੰਡ ਵਿੱਚ ਸੀ, ਜਿਸ ਵਿੱਚ ਦੋਵਾਂ ਮੰਡੀਆਂ ਦੇ ਚੁਫੇਰੇ ਅਤੇ ਪਿੰਡਾਂ ਦੇ ਮੁੰਡੇ ਪੜ੍ਹਦੇ ਸਨ। ਮੈਂ ਵੀ 10ਵੀਂ ਇਸੇ ਸਕੂਲ ਵਿੱਚੋਂ ਪਾਸ ਕੀਤੀ। ਉਦੋਂ ਉਹਨਾਂ ਦਾ ਨਾਂ ਸਟੇਟ ਹਾਈ ਸਕੂਲ ਮੰਡੀ ਫੂਲ ਸੀ। ਇਸੇ ਤਰ੍ਹਾਂ ਪਟਿਆਲਾ ਮੰਡੀ ਦਾ ਲਿਖਤੀ ਨਾਂ 1.25 ਵਾਟ ਪਿੰਡ ਰਾਮਪੁਰਾ ਫੂਲ ਹੋਣ ਕਰਕੇ ਰਾਮਪੁਰਾ ਮੰਡੀ ਸੀ। ਜਦੋਂ ਰੇਲਵੇ ਸਟੇਸ਼ਨ ਨੂੰ ਦੋਵਾਂ ਮੰਡੀਆਂ ਦੀ ਹੱਦ ਉੱਤੇ ਹੋਣ ਕਾਰਨ ਮਿੱਸਾ ਨਾਂ ਰਾਜਪੁਰਾ ਫੂਲ ਦੇ ਦਿੱਤਾ ਗਿਆ। ਜਦੋਂ ਰਿਆਸਤਾਂ ਖਤਮ ਹੋਈਆਂ ਕੁਦਰਤੀ ਸੀ, ਨਾ ਕੋਈ ਨਾਭਾ ਮੰਡੀ ਰਹੀ ਅਤੇ ਨਾ ਪਟਿਆਲਾ ਮੰਡੀ। ਦੋਹਾਂ ਹਿੱਸਿਆਂ ਦੇ ਪੂਰੇ ਸ਼ਹਿਰ ਦਾ ਨਾਂ ਸਟੇਸ਼ਨ ਦੇ ਨਾਂ ਵਾਂਗ ਸਾਂਝਾ ਰਾਮਪੁਰਾ ਫੂਲ ਕਰ ਦਿੱਤਾ ਗਿਆ। ਉੱਥੋਂ ਮੇਰਾ ਪਿੰਡ ਪਿੱਥੋ 3 ਕੁ ਵਾਟ ਹੈ, ਉੱਥੋਂ ਇੰਨੀ ਹੀ ਵਾਟ ਮੰਡੀ ਕਲਾਂ ਹੈ ਅਤੇ ਸਵੱਬ ਨਾਲ ਇਹਨਾਂ ਦੋਵਾਂ ਪਿੰਡਾਂ ਦੀ ਵਾਟ ਵੀ ਇੰਨੀ 3 ਕੁ ਕੋਹ ਹੀ ਹੈ। ਇਉਂ ਰਾਮਪੁਰਾ ਫੂਲ ਪਿੱਥੋ ਅਤੇ ਮੰਡੀ ਕਲਾਂ ਦੀ ਇੱਕੋ ਜਿੰਨੀਆਂ ਲੰਮੀਆਂ ਬਾਹੀਆਂ ਵਾਲੀ ਤਕੋਣ ਬਣ ਜਾਂਦੀ ਹੈ। ਪਿੰਡਾਂ ਦੇ ਨਾਂ ਟਿਕਣ ਦਾ ਇਤਿਹਾਸ ਵੀ ਬੜਾ ਦਿਲਚਸਪ ਹੈ। ਕਿਸੇ ਯੂਨੀਵਰਸਿਟੀ ਦੇ ਵਿਦਿਆਰਥੀ ਨੂੰ ਇਸ ਬਾਰੇ ਜ਼ਰੂਰ ਖੋਜ ਕਰਨੀ ਚਾਹੀਦੀ ਹੈ। ਉਹਨੂੰ PhD ਦੀ ਡਿਗਰੀ ਮਿਲ ਜਾਵੇਗੀ ਅਤੇ ਇਤਿਹਾਸ ਨੂੰ ਇੱਕ ਬਿਲਕੁਲ ਨਵੇਕਲੇ ਵਿਸ਼ੇ ਸੰਬੰਧੀ ਬਹੁਤ ਮਹੱਤਵਪੂਰਨ ਵੇਰਵਾ ਮਿਲ ਜਾਵੇਗਾ। ਰਾਮਪੁਰਾ, ਨਾਨਕਪੁਰਾ, ਹਰ ਨਾਰਾਇਣਪੁਰ, ਕ੍ਰਿਸ਼ਨ ਨਗਰ, ਗੋਬਿੰਦਪੁਰ ਜਿਹੇ ਨਾਂ ਇਤਿਹਾਸ ਅਤੇ ਧਰਮ ਦੀ ਦੇਣ ਹਨ। ਤੂਤਾਂ ਵਾਲਾ, ਅੱਕਾਂ ਵਾਲਾ, ਮੱਝਾਂ ਵਾਲੀ, ਮੋਰਾਂ ਵਾਲੀ, ਕੁੱਤੀ ਵਾਲ ਆਦਿ ਨਾਵਾਂ ਦੇ ਆਪਣੇ ਵਿੱਚੋਂ ਹੀ ਉਹਨਾਂ ਦਾ ਪਿਛੋਕੜ ਦਿਸ ਪੈਂਦਾ ਹੈ। ਪਰ ਸ਼ਾਇਦ ਸਭ ਤੋਂ ਬਹੁਤੇ ਪਿੰਡਾਂ ਦੇ ਨਾਂ ਉਹਨਾਂ ਦੇ ਮੋਢੀ ਬੰਦਿਆਂ ਦੇ ਨਾਂ ਸਦਕਾ ਟਿਕੇ ਹਨ। ਗੰਡਾ ਸਿੰਘ ਵਾਲਾ, ਚੜ੍ਹਤ ਸਿੰਘ ਵਾਲਾ ਆਦਿ ਦਾ ਉਹਨਾਂ ਪਿੰਡਾਂ ਦੀ ਮੋਢੀ ਗੱਡਣ ਵਾਲੇ ਦੇ ਨਾਂ ਸਦਕਾ ਰੱਖੇ ਗਏ ਹਨ। ਫੂਲ ਵੀ ਜਿਵੇਂ ਸਭ ਜਾਣਦੇ ਹੀ ਹਨ ਕਿ ਫੂਲਕੀਆਂ ਰਿਆਸਤਾਂ ਦੇ ਵਡੇਰੇ ਬਾਬਾ ਫੂਲ ਦਾ ਨਾਂ ਸੀ। ਪਿੱਥੋਂ ਵੀ ਸਾਡੇ ਪਿੰਡ ਦੇ ਮੋੜੀ ਗੱਡ ਬਜ਼ੁਰਗ ਦਾ ਨਾਂ ਹੀ ਦੱਸਦੇ ਹਨ। ਸਦੀਆਂ ਪਹਿਲਾਂ ਦੇ ਜ਼ਮਾਨੇ ਵਿੱਚ ਬੰਦਿਆਂ ਦੇ ਨਾਂ ਅਜਿਹੇ ਹੀ ਹੁੰਦੇ ਸਨ। ਕੁਛ ਬੰਦੇ ਅਜਿਹੇ ਮਸ਼ਹੂਰ ਹੋ ਜਾਂਦੇ ਜਾਂ ਕਹਿ ਲਵੋ ਕਰਮਾਂ ਵਾਲੇ ਹੁੰਦੇ ਕਿ ਪਿੰਡ ਦਾ ਨਾਂ ਸਦੀਆਂ ਤੋਂ ਕੋਈ ਹੋਰ ਹੁੰਦਾ।
ਪਰ ਉਸ ਮੂਲ ਨਾਂ ਨਾਲ ਉਹਨਾਂ ਦਾ ਨਾਂ ਵੀ ਜੁੜ ਜਾਂਦਾ। ਕਈ ਮਸ਼ਹੂਰ ਬੰਦਿਆਂ ਨਾਂ ਤਾਂ ਉਹਨਾਂ ਦੇ ਜਿਉਂਦੇ ਜੀ ਹੀ ਉਹਨਾਂ ਦੇ ਪਿੰਡ ਦਾ ਨਾਂ ਬਣ ਜਾਂਦਾ। ਇਸ ਦੀ ਇੱਕ ਪ੍ਰਸਿੱਧ ਮਿਸਾਲ ਪਿੰਡ ਪੱਤੋਂ ਹੈ। ਇਸ ਪੁਰਾਣੇ ਨਾਂ ਨਾਲ ਉੱਥੋਂ ਦੀ ਪ੍ਰਸਿੱਧ ਸ਼ਖਸੀਅਤ ਹੀਰਾ ਸਿੰਘ ਦਾ ਨਾਂ ਉਹਦੇ ਜਿਉਂਦੇ ਜੀ ਹੀ ਜੁੜ ਕੇ ਪਿੰਡ ਪੱਤੋਂ ਹੀਰਾ ਸਿੰਘ ਹੋ ਗਿਆ। ਬਿਲਕੁਲ ਇਸੇ ਤਰ੍ਹਾਂ ਸਾਡੇ ਗੁਆਂਢੀ ਪਿੰਡ ਮੰਡੀ ਕਲਾਂ ਦਾ ਨਾਂ ਉੱਥੋਂ ਦੇ ਪ੍ਰਸਿੱਧ ਮਹਾਜਨ ਬਾਬੂ ਗੁਲਾਬ ਚੰਦ ਸਦਕਾ, ਇਸ ਨੂੰ ਲੋਕ ਆਮ ਕਰਕੇ ਗੁਲਾਬੂ ਸੇਠ ਆਖਦੇ ਸਨ, ਉਹਦੇ ਜਿਉਂਦੇ ਜੀ ਹੀ ਗੁਲਾਬੂ ਕੀ ਮੰਡੀ ਹੋ ਗਿਆ। ਸਰਕਾਰੀ ਦਫ਼ਤਰਾਂ ਵਿੱਚ ਲੰਮੇ ਸਮੇਂ ਤੋਂ ਉਰਦੂ ਫਾਰਸੀ ਦਾ ਬੋਲਬਾਲਾ ਰਿਹਾ ਸੀ। ਇਸ ਕਾਰਨ ਜੇ ਨੇੜੇ ਤੇੜੇ ਇੱਕ ਨਾਂ ਵਾਲੇ ਦੋ ਪਿੰਡ ਹੁੰਦੇ, ਕਾਗਜ਼ਾਂ ਵਿੱਚ ਵੱਡੇ ਪਿੰਡ ਨਾਲ ਵੱਡੇ ਦੇ ਬਰਾਬਰ ਦਾ ਫਾਰਸੀ ਸ਼ਬਦ ਕਲਾਂ ਅਤੇ ਛੋਟੇ ਪਿੰਡ ਨਾਲ ਛੋਟੇ ਦੇ ਬਰਾਬਰ ਦਾ ਫਾਰਸੀ ਸ਼ਬਦ ਖੁਰਦ ਜੋੜ ਦਿੱਤਾ ਜਾਂਦਾ ਸੀ, ਪਰ ਇਹ ਸ਼ਬਦ ਕਦੀ ਵੀ ਬਹੁਤੇ ਪ੍ਰਚਲਿਤ ਨਾ ਹੋਏ ਅਤੇ ਨਾ ਹੀ ਲੋਕਾਂ ਦੀ ਜ਼ਬਾਨ ਉੱਤੇ ਚੜ੍ਹੇ। ਲੋਕ ਅਜਿਹੇ ਪਿੰਡ ਨਾਲ ਛੋਟਾ ਵੱਡਾ ਹੀ ਲਾਉਂਦੇ। ਮੰਡੀ ਕਲਾਂ ਨੂੰ ਵੀ ਲੋਕ ਵੱਡੀ ਮੰਡੀ ਆਖਦੇ। ਜਿਉਂ ਹੀ ਗੁਲਾਬ ਚੰਦ, ਜੋ ਲੋਕਾਂ ਲਈ ਗੁਲਾਬੂ ਸੀ, ਆਪਣੇ ਕਾਰੋਬਾਰ ਦੀ ਚੜ੍ਹਾਈ ਸਦਕਾ ਦੂਰ ਦੂਰ ਤੱਕ ਮਸ਼ਹੂਰ ਹੋਇਆ, ਇਲਾਕੇ ਦੇ ਲੋਕਾਂ ਲਈ ਪਿੰਡ ਦਾ ਨਾਂ ਮੰਡੀ ਕਲਾਂ ਜਾਂ ਵੱਡੀ ਮੰਡੀ ਦੀ ਥਾਂ ਗੁਲਾਬੂ ਕੀ ਮੰਡੀ ਹੋ ਗਿਆ। ਗੁਲਾਬੂ ਸ਼ਾਇਦ ਮੇਰੇ ਦਾਦੇ ਦੇ ਸਮੇਂ ਜਾਂ ਉਸ ਤੋਂ ਵੀ ਕੁਝ ਪਹਿਲਾਂ ਹੋਇਆ ਹੈ। ਬਚਪਨ ਵਿੱਚ ਮੈਂ ਆਪਣੇ ਬਜ਼ੁਰਗਾਂ ਤੋਂ ਉਹਦੀ ਇੱਕ ਕਹਾਣੀ ਸੁਣੀ ਸੀ। ਉਦੋਂ ਤਾਂ ਉਹ ਸਿਰਫ ਦਿਲਚਸਪ ਹੀ ਲੱਗੀ ਸੀ, ਮਗਰੋਂ ਵੱਡੇ ਹੋ ਕੇ ਉਹਦਾ ਮਾਨਵੀ ਅਤੇ ਸੱਭਿਆਚਾਰਕ ਅਰਥ ਸਮਝ ਵਿੱਚ ਆਇਆ ਤਾਂ ਸੇਠ ਗੁਲਾਬ ਚੰਦ ਦੀ ਪੰਜਾਬੀਅਤ ਦੇਖ ਕੇ ਮੇਰੇ ਮੂੰਹੋਂ ਬਾਹ ਨਿਕਲਣਾ ਕੁਦਰਤੀ ਸੀ। ਜਿਨ੍ਹਾਂ ਪਿੰਡਾਂ ਦਾ ਨਾਂ ਮੰਡੀ ਪਿਆ ਹੋਇਆ ਹੈ, ਸ਼ਾਇਦ ਉੱਥੇ ਉਦੋਂ ਸ਼ਹਿਰੀ ਬਾਜ਼ਾਰ ਅਜੇ ਜ਼ਿਆਦਾ ਵਿਕਸਿਤ ਨਾ ਹੋਏ ਹੋਣ, ਸਥਾਨਕ ਪੈਦਾਵਾਰ ਅਤੇ ਹੋਰ ਚੀਜ਼ਾਂ ਦਾ ਵਣਜ ਜਾਂ ਵਟਾਂਦਰਾ ਹੁੰਦਾ ਹੋਵੇਗਾ। ਦੱਸਦੇ ਹਨ ਕਿ ਗੁਲਾਬੂ ਦਾ ਕਾਰੋਬਾਰ ਖਾਸਾ ਵਧਿਆ ਹੋਇਆ ਸੀ। ਉਹਦੀ ਹੱਟ ਪਿੰਡ ਦੇ ਲੋਕਾਂ ਦੀਆਂ ਲੋੜਾਂ ਤਾਂ ਪੂਰੀਆਂ ਕਰਦੀ ਹੀ, ਨੇੜੇ ਦੇ ਪਿੰਡਾਂ ਦੇ ਆਮ ਲੋਕ ਅਤੇ ਛੋਟੇ ਦੁਕਾਨਦਾਰ ਵੀ ਉਤੋਂ ਮਾਲ ਖਰੀਦਦੇ। ਉਹ ਭਾਅ ਵੀ ਠੀਕ ਲਾਉਂਦਾ ਅਤੇ ਲੋੜ ਪੈਣ 'ਤੇ ਖਰਾ ਵੀ ਸੀ ਅਤੇ ਉਧਾਰ ਵੀ ਦੇ ਦਿੰਦਾ ਸੀ। ਔਖ ਸੌਖ ਵੇਲੇ ਉਹ ਲੋਕਾਂ ਦੇ ਕੰਮ ਆਉਣ ਵਾਲਾ ਸੀ ਅਤੇ ਆਪਣਾ ਫਰਜ਼ ਵੀ ਸਮਝਦਾ ਸੀ। ਉਧਾਰ ਹੁੰਦੇ ਸੂਦ ਲਾਉਣ ਦੇ ਸੰਬੰਧ ਵਿੱਚ ਵੀ ਉਹ ਲਹੂ ਚੂਸ ਨਹੀਂ ਸੀ। ਕੁੱਲ ਮਿਲਾ ਕੇ ਉਹ ਇੱਜ਼ਤਦਾਰ ਅਤੇ ਭਲਾ ਮਾਣ ਸਮਝਿਆ ਜਾਂਦਾ ਸੀ। ਇਸ ਕਰਕੇ ਉਹਦੀ ਪੜਤ ਦੇ ਆਲੇ ਦੁਆਲੇ ਦੂਰ ਦੂਰ ਤੱਕ ਬਣੀ ਹੋਈ ਸੀ। ਕਈ ਛੋਟੇ ਪਿੰਡ ਤਾਂ ਇੱਕ ਬਜ਼ੁਰਗ ਦੀ ਪੀੜ੍ਹੀ ਦਰ ਪੀੜ੍ਹੀ ਵਧੀ ਫੁੱਲੇ ਔਲਾਦ ਨਾਲ ਹੀ ਬਸੇ ਹੋਏ ਹੁੰਦੇ ਹਨ, ਪਰ ਜੇ ਕਿਸੇ ਪਿੰਡ ਦੀ ਸਮਾਜਿਕ ਬਣਤਰ ਬੰਨ ਸਵੰਨੀ ਵੀ ਹੁੰਦੀ ਹੈ ਤਾਂ ਵੀ ਉਹ ਸੱਭਿਆਚਾਰਕ, ਸੰਸਕਾਰੀ, ਭਾਈਚਾਰਕ, ਜਜ਼ਬਾਤੀ ਪੱਖੋਂ ਇਕਸਾਰ ਅਤੇ ਇੱਕ ਰੂਪ ਹੀ ਹੁੰਦਾ ਹੈ। ਇਸ ਦੀ ਰਿਸ਼ਤੇਦਾਰੀ ਸਭ ਦੀ ਰਿਸ਼ਤੇਦਾਰੀ ਹੁੰਦੀ ਹੈ, ਖਾਸ ਕਰਕੇ ਧੀ ਨੂੰ ਤਾਂ ਸਾਰੇ ਪਿੰਡ ਦੀ ਧੀ ਹੀ ਸਮਝਿਆ ਜਾਂਦਾ ਹੈ। ਕੁਦਰਤੀ ਸੀ, ਜਦੋਂ ਉਹ ਵਿਆਹੀ ਜਾਂਦੀ ਉਸਦਾ ਪਤੀ ਸਿਰਫ ਉਸ ਘਰ ਦਾ ਜਵਾਈ ਹੋਣ ਦੀ ਥਾਂ ਪਿੰਡ ਦਾ ਜਵਾਈ ਅਖਵਾਉਂਦਾ, ਅਤੇ ਜਦੋਂ ਕੁੜੀ ਬਾਲ ਬੱਚੇ ਵਾਲੀ ਹੋ ਜਾਂਦੀ ਉਸਦੇ ਧੀਆਂ ਪੁੱਤ ਪੂਰੇ ਪਿੰਡ ਲਈ ਦੋਹਤੀਆਂ ਦੋਹਤੇ ਹੁੰਦੇ। ਜਵਾਈ ਲਈ ਸਤਿਕਾਰ ਅਤੇ ਦੋਹਤੇ ਦੋਹਤੀਆਂ ਲਈ ਪਿਆਰ ਆਪਣੀ ਮਿਸਾਲ ਆਪ ਹੁੰਦਾ ਸੀ। ਉਹਦੇ ਸਹੁਰੇ ਘਰ ਕਿੰਨੀਆਂ ਵੀ ਦੁਧਾਰੂ ਗਾਈਆਂ ਮੱਝਾਂ ਹੋਣ, ਜੁਆਈ ਲਈ ਆਂਢੀ ਗੁਆਂਢੀ ਅਣਕਾਲੇ ਦੁੱਧ ਦੀ ਗੜਬੀ ਜ਼ਰੂਰ ਦੇ ਕੇ ਜਾਂਦੀ। ਦੋਹਤੇ ਦੋਹਤੀਆਂ ਲਈ ਤਾਂ ਕੋਈ ਗੰਨਿਆਂ ਦੀ ਥੱਬੀ ਸੁੱਟ ਜਾਂਦਾ, ਕੋਈ ਮੱਕੀਆਂ ਦੀਆਂ ਛੱਲੀਆਂ ਝੋਲੀ ਦੇ ਜਾਂਦਾ, ਕੋਈ ਪਿਉਂਦੀ ਵੀਰਾਂ ਦੀ ਥਾਲੀ ਦੇ ਜਾਂਦਾ। ਉਦੋਂ ਸੜਕਾਂ ਨਹੀਂ ਸਨ, ਨਾ ਟਾਂਗਾ ਹੁੰਦਾ ਨਾ ਬੱਸ, ਕੱਚੇ ਰਾਹੀਂ ਲੋਕ ਪੈਦਲ ਜਾਂਦੇ,
ਜਾਂ ਬਾਹੀ ਵਾਲੇ ਖੇਤੀ ਬੋਤਿਆਂ ਅਤੇ ਬਲਦ ਗੱਡੀਆਂ ਉੱਤੇ ਸਰਦੇ ਪੁਰਦੇ ਬੰਦੇ ਆਉਣ ਜਾਣ ਵਾਸਤੇ ਅਤੇ ਕਿਸੇ ਹੱਦ ਤੱਕ ਸ਼ਾਨ ਵਾਸਤੇ ਘੋੜਾ ਜਾਂ ਘੋੜੀ ਰੱਖਦੇ। ਗੁਲਾਬੂ ਸੇਠ ਨੇ ਵੀ ਆਉਣ ਜਾਣ ਲਈ ਘੋੜੀ ਰੱਖੀ ਹੋਈ ਸੀ। ਇੱਕ ਦਿਨ ਉਹ ਆਪਣੀ ਘੋੜੀ ਉੱਤੇ ਚੜਿਆ ਮੰਡੀ ਫੂਲ ਤੋਂ ਪਿੰਡ ਨੂੰ ਜਾ ਰਿਹਾ ਸੀ। ਕੁਛ ਦੂਰ ਜਾ ਕੇ ਉਹ ਪੈਦਲ ਜਾ ਰਹੇ ਇੱਕ ਜਵਾਨ ਨੂੰ ਜਾ ਮਿਲਿਆ। ਮੁੰਡੇ ਨੇ ਵਾਹਵਾ ਸ਼ਕੀਨੀ ਲਾਈ ਹੋਈ ਸੀ, ਕਿਤੇ ਰਿਸ਼ਤੇਦਾਰੀ ਵਿੱਚ ਚੱਲਿਆ ਲੱਗਦਾ ਸੀ। ਸ਼ਕੀਨੀ ਦਾ ਇਹ ਸ਼ੋਅ ਵੀ ਦਿੰਦੀ ਸੀ ਕਿ ਸ਼ਾਇਦ ਸਹੁਰੀ ਹੀ ਚੱਲਿਆ ਹੋਵੇ। ਮੁੰਡੇ ਦੀ ਟੌਰ ਦੇਖ ਕੇ ਗੁਲਾਬੂ ਨੇ ਕੁਛ ਮਖੌਲੀ ਰੰਗ ਵਿੱਚ ਪੁੱਛਿਆ, ਦੌਲਤ ਖਾਨਾ ਕਿਹੜਾ ਜਵਾਨ ਦਾ? ਉਹਨੇ ਆਪਣੇ ਪਿੰਡ ਦਾ ਨਾਂ ਦੱਸ ਦਿੱਤਾ। ਸੇਠ ਨੇ ਉਹਦੀ ਮੰਜ਼ਿਲ ਪੁੱਛੀ, ਤਿਆਰੀ ਕਿੱਥੋਂ ਦੀ ਖਿੱਚੀ ਹੈ? ਮੁੰਡਾ ਬੋਲਿਆ, ਇਹ ਗੁਲਾਬੂ ਕੀ ਮੰਡੀ ਜਾਣਾ ਹੈ। ਗੁਲਾਬੂ ਦਾ ਤੀਜਾ ਸਵਾਲ ਸੀ, ਕੀ ਰਿਸ਼ਤੇਦਾਰੀ ਹੈ ਬਈ ਤੇਰੀ ਜਵਾਨਾਂ ਗੁਲਾਬੂ ਕੀ ਮੰਡੀ? ਉਹਨੇ ਜਵਾਬ ਦਿੱਤਾ, ਮੈਂ ਜੀ ਗੁਲਾਬੀ ਕੀ ਮੰਡੀ ਦਾ ਜਵਾਈ ਹਾਂ। ਮੁੰਡੇ ਦੇ ਮੂੰਹੋਂ ਗੁਲਾਬੂ ਕੀ ਮੰਡੀ ਦਾ ਜਵਾਈ ਸੁਣ ਕੇ ਗੁਲਾਬੂ ਦਾ ਮਖੌਲੀ ਰੰਗ ਝੱਟ ਗੰਭੀਰਤਾ ਵਿੱਚ ਬਦਲ ਗਿਆ। ਉਹ ਬੋਲਿਆ, ਠਹਿਰ ਬਈ ਜਵਾਨਾ, ਅਤੇ ਘੋੜੀ ਤੋਂ ਉੱਤਰ ਕੇ ਕਹਿੰਦਾ, ਜੇ ਗੁਲਾਬੂ ਕੀ ਮੰਡੀ ਦਾ ਜਵਾਈ ਹੈ ਫਿਰ ਤੂੰ ਪੈਦਲ ਨਾ ਜਾ, ਆ ਘੋੜੀ ਲੈ, ਮੈਂ ਆਪੇ ਪੈਦਲ ਆ ਜਾਊਂ, ਜਾਣਾ ਕਿਹੜੇ ਘਰ ਹੈ? ਮੁੰਡੇ ਨੇ ਲਗਾਮ ਫੜਨ ਨੂੰ ਝਿਜਕਦਿਆਂ ਦੱਸਿਆ, ਜੀ ਪ੍ਰਤਾਪੇ ਰਵਿਦਾਸੀਏ ਦੇ। ਗੁਲਾਬੂ ਨੇ ਲਗਾਮ ਉਹਦੇ ਹੱਥ ਵਿੱਚ ਫੜਾਈ, ਪ੍ਰਤਾਪ ਸਿੰਘ ਨੂੰ ਕਹੀਂ ਘੋੜੀ ਸੇਠਾਂ ਦੇ ਘਰ ਦੇ ਆਵੇ। ਮੁੰਡਾ ਘੋੜੀ ਨੂੰ ਅੱਡੀ ਲਾ ਗਿਆ, ਅੱਗੇ ਨਿਕਲ ਗਿਆ। ਗੁਲਾਬੂ ਸੇਠ ਪਿੱਛੇ ਪੈਦਲ ਤੁਰ ਪਿਆ। ਧੰਨਵਾਦ।